ਪੰਜਾਬ ਸਰਕਾਰ ਤਾਂ ਕਹ ਰਹੇ ਵੀ ਅਸੀਂ ਨਸ਼ਾ ਬੰਦ ਕਰਤਾ ਨਹੀਂ ਵਿਕਦਾ ਜੀ ਹਲੇ ਵੀ ਵਿਕੀ ਜਾਂਦਾ ਹੁਣ ਲੜਾਈ ਤੋਂ ਬਾਅਦ ਵੀ ਝਗੜੇ ਤੋਂ ਬਾਅਦ ਵੀ ਵਿਕੀ ਜਾਂਦਾ ਜੀ ਤੇ ਕਿੰਨੇ ਕੁ ਲੋਕ ਤੁਹਾਡੇ ਪਿੰਡ 'ਚ ਨਸ਼ਾ ਵਿਕਦੇ ਆ ਸਾਡੇ 7-8 ਘਰ ਆ ਜੀ ਮੇਨ ਜਿਹੜੇ ਚਿੱਟਾ ਵੇਚਦੇ ਆ ਜੀ ਪਹਿਲਾਂ ਡੋਡੇ ਵੇਚਦੇ ਸੀ ਹੁਣ ਚਿੱਟਾ ਵੇਚਣ ਲੱਗ ਗਏ 2-3 ਸਾਲਾਂ ਤੋਂ ਹੋ ਗਏ ਚਿੱਟੇ ਦੇ ਖਿਲਾਫ ਹੀ ਚਿੱਟੇ ਦੇ ਕਾਰਨੇ ਧਰਨੇ ਲਾਉਂਦੇ ਸੀਗੇ ਉਦੋਂ ਲੜਾਈ ਹੋ ਗਈ ਇਸੇ ਕਾਰਨ ਹੀ ਲੜਾਈ ਹੋਈ ਆ ਵੀ ਚਿੱਟੇ ਦੇ ਕਾਰਨ ਤੁਸੀਂ ਕਿਉਂ ਆਵਾਜ਼ ਉਠਾਉਣੀ ਆ ਸਾਡੇ ਦਾ ਖੰਡ ਵਾਂਗੂ ਵਿਕਦਾ ਕੱਲੇ ਕੱਲੇ ਜਵਾਕ ਆ ਜੀ ਤੇ ਦੋ ਦੋ ਜਵਾਕ ਮਾਪੀ ਲਈ ਬੈਠੀਆਂ क्योंकि आप देखते हैं दूजे पिंड अखबारों खबर पढ़ते हैं भी फलाने की लत्तां भांतियां चिट्टे वाले ने उधर हो गया तो उही हालात इत्थे साडे पिंड च बने हुए आ अजीत पंजाबी दी ऑथेंटिक खबरां दे लई सबसक्राइब करो अजीत वैब टीवी ते ताजी खबरां दी नोटिफिकेशन पाउण दे लई बैल आइकन ते क्लिक करो। अज असी जगराऊं सिविल हस्पताल च पहुंचे हां जिथे पिंड गालब कलां दा पंचायत मैंबर रोलदू सिंह दी बुरी तरह नाल पिंड विच कुटमार हुई आ। वह परिवार का ते रोलदू सिंह का दोष आ भी वह चिट्टे पिंड सरेआम चिट्टा विकदा गालब कलां च उहदे खिलाफ आवाज़ बुलंद करदा सी। कुछ समां पहलां पिंड विच धरने भी लगे उहदे विच भी इह पंचायत मैंबर रोलदू सिंह ने शमूलीयत की उस वजह कारण दस्या जा रहा भी उहनू नशा बेचण वाले ने बुरी तरह कुटमार की पर कई दिन बीत जाण दे बावजूद वह बजुर्ग जगराऊं सिविल हस्पताल च पिया किसी ने उहदी सारनी लई बेशक पुलिस ने 452 का मुकदमा जरूर दर्ज कर लिया पर हाल तक किसी की कोई गिरफ़्तारी नहीं हुई जिस दे रोस च अज पिंड गालब कलां दे काफ़ी सज्जण इत्थे सिविल हस्पताल पहुंचे आ जो पहले SSP साहब नूं भी मिल के आए आओ उहनां नूं पुछदे आ भी की कारण होया जो अज इहनां नूं इन्नी वड्डी गिणती विच सिविल हस्पताल जगराऊं विखे पहुंचना पिया। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਕਿਵੇਂ ਅੱਜ ਇੱਥੇ ਪਹੁੰਚੇ ਹੋ? ਅਸੀਂ ਜੀ ਸਾਡੇ ਬਜ਼ੁਰਗ ਦੇ ਚਿੱਟੇ ਵਾਲਿਆਂ ਨੇ ਸੱਟ ਮਾਰੀ ਸੀਗੀ। ਠੀਕ ਆ ਜੀ। ਹਾਂਜੀ ਅਸੀਂ ਉਸ ਵਿਕ ਦੇ ਵਿੱਚ ਇੱਥੇ ਆਏ ਸੀਗੇ ਜੀ। ਅਸੀਂ DC ਸਾਹਿਬ ਕੋਲ ਗਏ ਸੀਗੇ। SSC ਸਾਹਿਬ। ਠੀਕ ਆ ਜੀ। ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਜੀ। ਹਾਂਜੀ। ਤੇ ਇੱਕ ਹੀ ਉਹਨਾਂ ਦਾ ਅਰੈਸਟ ਕੀਤਾ ਜੀ ਉਹਨਾਂ ਦਾ ਬੰਦਾ। 13 ਤੇ ਉਹਨਾਂ ਦੇ ਪਰਚੇ ਆ ਬਾਕੀ 5-6 ਅਣਪਛਾਤੀ ਆ। ਠੀਕ ਆ ਜੀ। ਠੀਕ ਆ ਜੀ ਉਹ ਚਿੱਟਾ ਬਹੁਤ ਦੇਰ ਤੋਂ ਵੇਚ ਰਹੇ ਆ। ਅਸੀਂ ਉਹਦੇ ਵਿੱਚ ਧਰਨਿਆਂ ਦੇ ਵਿੱਚ ਜਾਂਦੇ ਹੁੰਦੇ ਸੀਗੇ ਜੀ। ਸਾਡੇ ਤੇ ਉਹਨਾਂ ਨੇ ਨਜਾਇਜ਼ ਪਰਚੇ ਵੀ ਪਵਾਏ ਆ ਜੀ। ਠੀਕ ਆ ਜੀ। ਗਰੀਬ ਘਰਾਂ ਤੇ। ਬਾਕੀ ਉਸ ਤੋਂ ਬਾਅਦ ਇਹਨਾਂ ਨੇ ਇੱਕ ਹੀ ਬੰਦਾ ਚੱਕਿਆ ਜੀ ਹੁਣ ਇੱਕ ਹੀ ਅਰੈਸਟ ਕੀਤਾ ਅੱਜ SS ਸਾਹਿਬ ਕੋਲ ਗਏ ਸੀਗੇ ਜੀ ਉਹ ਅੱਦਾਂ ਨੇ ਕਿਹਾ ਵਾ ਕਹਿੰਦੇ ਵੀ ਅਸੀਂ ਛੇਤੀ ਤੋਂ ਛੇਤੀ ਸਾਰੇ ਬੰਦੇ ਅਸੀਂ ਅੰਦਰ ਕਰਾਂਗੇ ਤੇ ਨੌਜਵਾਨ ਖੜੇ ਆ ਕਾਕੇ ਪਿੰਡ 'ਚ ਹਜੇ ਵੀ ਨਸ਼ਾ ਵਿਕਦਾ ਜੀ ਹਾਂਜੀ ਵਿਕਦਾ ਜੀ ਨਹੀਂ ਪੰਜਾਬ ਸਰਕਾਰ ਤਾਂ ਕਹਿ ਰਹੇ ਵੀ ਅਸੀਂ ਨਸ਼ਾ ਬੰਦ ਕਰਤਾ ਜਾਂ ਭਗਵੰਤ ਮਾਨ ਜੀ ਕਹਿੰਦੇ ਵੀ ਅਸੀਂ ਨਸ਼ਾ ਖਤਮ ਕਰਤਾ ਨਹੀਂ ਵਿਕਦਾ ਜੀ ਹਲੇ ਵੀ ਵਿਕੀ ਜਾਂਦਾ ਹੁਣ ਲੜਾਈ ਤੋਂ ਬਾਅਦ ਵੀ ਝਗੜੇ ਤੋਂ ਬਾਅਦ ਵੀ ਵਿਕੀ ਜਾਂਦਾ ਜੀ ਤੇ ਕਿੰਨੇ ਕੁ ਲੋਕ ਤੁਹਾਡੇ ਪਿੰਡ 'ਚ ਨਸ਼ਾ ਵੇਚਦੇ ਆ ਸਾਡੇ 7-8 ਘਰ ਆ ਜੀ ਮੇਨ ਹਾਂਜੀ ਜਿਹੜੇ ਚਿੱਟਾ ਵੇਚਦੇ ਆ ਜੀ ਪਹਿਲਾਂ ਡੋਡੇ ਵੇਚਦੇ ਸੀ ਹੁਣ ਚਿੱਟਾ ਵੇਚਣ ਲੱਗ ਗਏ ਉਹ 2-3 ਸਾਲਾਂ ਤੋਂ ਹੋ ਗਿਆ ਜੀ ਨਹੀਂ ਕੋਈ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਜਾਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹਾਲੇ ਤੱਕ ਤਾਂ ਕੋਈ ਨਹੀਂ ਹੋਈ ਜੀ ਤੇ ਜਿਹੜੀ ਬਜ਼ੁਰਗ ਦੀ ਕੁੱਟਮਾਰ ਹੋਈ ਆ ਉਹਨਾਂ ਕੀ ਲੱਗਦਾ ਉਹ ਜੀ ਦਾਦਾ ਜੀ ਮੇਰੇ ਦਾਦਾ ਜੀ ਲੱਗਦੇ ਆ ਹਾਂਜੀ ਉਹਨਾਂ ਨੂੰ ਕਿਉਂ ਕੁੱਟਿਆ ਗਿਆ ਜੀ ਉਹਨਾਂ ਨੂੰ ਕੁੱਟਿਆ ਗਿਆ ਜੀ ਵੀ ਧਰਨੇ ਦੇ ਵਿੱਚ ਜਾਂਦੇ ਸੀ ਅਸੀਂ ਪ੍ਰਦਰਸ਼ਨ ਕਰਨ ਤੇ ਉਹ ਚੱਕਰ ਦੇ ਵਿੱਚ ਕੁੱਟਿਆ ਵੀ ਤੁਸੀਂ ਉਹਨਾਂ ਦਾ ਸਾਥ ਕਿਉਂ ਦਿੱਤਾ ਜੀ 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 ਹਾਂਜੀ ਉਹ ਚੱਕਰ 'ਚ ਕੁੱਟਮਾਰ ਹੋਈ ਆ ਜੀ ਜਗਰਾਉਂ ਹਸਪਤਾਲ 'ਚ ਕਾਹਨੂੰ ਪਹੁੰਚੇ ਹੋ ਤੁਸੀਂ ਚਿੱਟੇ ਦੇ ਖਿਲਾਫ ਹੀ ਪਹੁੰਚੇ ਆ ਜੀ ਹਾਂਜੀ ਚਿੱਟੇ ਦੇ ਖਿਲਾਫ ਹੀ ਚਿੱਟੇ ਦੇ ਕਾਰਨੇ ਧਰਨੇ ਲਾਉਂਦੇ ਸੀਗੇ ਉਦੋਂ ਲੜਾਈ ਹੋ ਗਈ ਇਸੇ ਕਾਰਨ ਹੀ ਲੜਾਈ ਹੋਈ ਆ ਵੀ ਚਿੱਟੇ ਦੇ ਕਾਰਨ ਤੁਸੀਂ ਕਿਉਂ ਆਵਾਜ਼ ਉਠਾਉਣੀ ਆ ਤੇ ਮਹਿਲਾਵਾਂ ਤਾਂ ਬਹੁਤ ਜ਼ਿਆਦਾ ਪੀੜਤ ਹੋਣਗੇ ਨਾਲੇ ਪਤਾ ਲੱਗੇ ਵੀ ਪਿੰਡ ਦੇ ਵਿੱਚ ਮੌਤਾਂ ਕਾਫੀ ਹੋ ਗਈਆਂ ਹਾਂਜੀ ਹਾਂਜੀ ਬਹੁਤ ਜ਼ਿਆਦਾ ਮੌਤਾਂ ਹੋਈਆਂ ਜੀ ਤੇ ਪਿੰਡ ਦਾ ਕੀ ਹਾਲਾਤ ਬਹੁਤ ਮਾੜੇ ਆ ਜੀ ਬਹੁਤ ਜ਼ਿਆਦਾ ਹਾਲਾਤ ਮਾੜੇ ਆ ਜੀ ਪਿੰਡ ਦੇ ਮੈਂ ਮਾਤਾ ਜੀ ਵੀ ਗੱਲ ਕਰਦਾ ਹਾਂਜੀ ਮਾਤਾ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਜਸਵੀਰ ਕੌਰ ਆ ਜੀ ਹਾਂਜੀ ਸਾਡੇ ਦਾ ਖੰਡ ਵਾਂਗੂ ਵਿਕਦਾ ਠੀਕ ਆ ਜੀ ਕੱਲੇ ਕੱਲੇ ਜਵਾਕ ਆ ਜੀ ਤੇ ਦੋ ਦੋ ਜਵਾਕ ਮਾਪੀ ਲਈ ਬੈਠੀਆਂ ਠੀਕ ਆ ਜੀ ਤੇ ਕੋਈ ਕਿਸੇ ਦੀ ਸੁਣਦਾ ਨਹੀਂ ਨਹੀਂ ਪਿੰਡ ਦੇ ਵਿੱਚ ਪੁਲਿਸ ਚੌਂਕੀ ਆ ਤੁਹਾਡੇ ਜੀ ਹਾਂ ਨਹੀਂ ਸੁਣਦੇ ਨਹੀਂ ਸਾਡੀ ਹਾਂਜੀ ਆਂਟੀ ਹਾਂਜੀ ਪਿੰਡ 'ਚ ਕੀ ਹਾਲਾਤ ਆ ਤੁਹਾਡੇ ਬਹੁਤ ਮੰਦਾ ਹਾਲ ਆ ਜੀ ਸਾਡੇ ਪਿੰਡ 'ਚ ਤਾਂ ਖੰਡ ਵਾਂਗੂ ਵਿਕਦਾ ਜੀ ਸਾਡੇ ਬਹੁਤ ਮੰਦਾ ਹਾਲ ਆ ਜੀ ਐਡੇ ਮਾੜੇ ਹਾਲਾਤ ਪਿੰਡ ਵਿੱਚ ਚੌਂਕੀ ਬਹੁਤ ਜੀ ਪਹਿਲਾਂ ਸਾਰੇ ਭੈਣ ਭਰਾ ਅਸੀਂ ਧਰਨਾ ਲਾਉਂਦੇ ਉਸੇ ਤੋਂ ਸਾਡੇ ਮਗਰ ਪਏ ਆ ਇਹ ਹਾਂਜੀ ਸਾਡਾ ਕੋਈ ਰੌਲਾ ਨਹੀਂ ਸੀ ਇਹਨਾਂ ਦੇ ਨਾਲ ਆ ਚਿੱਟੇ ਦੇ ਖਿਲਾਫ ਹੀ ਆ ਚਿੱਟਾ ਹਟਾਉਂਦੇ ਸੀ ਹਲੇ ਤੱਕ ਵੀ ਨਹੀਂ ਹਟਿਆ ਹਲੇ ਵੀ ਗਲੀਆਂ 'ਚ ਵਿਕਦਾ ਨਹੀਂ ਭਗਵੰਤ ਮਾਨ ਜੀ ਤਾਂ ਕਹਿੰਦੇ ਵੀ ਨਸ਼ਾ ਮੈਂ ਖਤਮ ਕਰਦਾ ਨਹੀਂ ਖਤਮ ਹੋਇਆ ਜੀ ਨਹੀਂ ਸਾਡੇ ਨਹੀਂ ਖਤਮ ਹੋਇਆ ਗਲੀਆਂ 'ਚ ਨਿੱਕੇ ਨਿੱਕੇ ਜਵਾਕ ਵੀ ਵੇਚਦੇ ਫਿਰਦੇ ਆ ਕਰਿੰਦੇ ਉਹਨਾਂ ਦੇ ਕਰਿੰਦੇ ਛੱਡੇ ਹੁਣ ਇੱਕ ਹੀ ਚੱਕਾ ਕੁੱਟਮਾਰ ਕੀਤੀ ਪਈ ਆ ਬਣਦਾ ਬੁੜਾ ਸਿੱਟਿਆ ਪਿਆ ਮਾਰ ਕੇ ਉਹਨਾਂ ਨਾਲ ਵੀ ਸਾਡੀ ਗੱਲ ਹੋਈ ਆ ਹਾਂ ਹਾਂਜੀ ਵੀ ਇਹੀ ਦੱਸਦੇ ਆ ਕਿ ਹਾਂਜੀ ਸਾਡੇ ਪਿੰਡ ਵਿੱਚ 12-13 ਮੌਤਾਂ ਹੋ ਚੁੱਕੀਆਂ ਬਹੁਤ ਮੌਤਾਂ ਜੀ 12-13 ਹੋ ਗਈਆਂ ਜੀ ਮਹੀਨੇ ਬਾਅਦ ਹੀ ਮੌਤ ਹੋ ਜਾਂਦੀ ਹਲੇ ਵੀ ਮਰਨ ਵਾਲੇ ਪਏ ਆ ਮੁੰਡੇ ਚਿੱਟੇ ਵਾਲੇ
ਤੇ ਹੜਦੇ ਹਲੇ ਵੀ ਨਹੀਂ जवान जवानता दे फिर आगे बार 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 सानू की कर लिया हले भी धमक जा दें सीनियर आगू सरदार बलबीर सिंह जी के लड़के पिंड वाले इतने पहुंचे आ उन्होंने भी गल करते हैं सरदार मनदीप सिंह जी गलब जो बड़े आगू ने अकाली दल दे उन्होंने पुछते हैं भी की कारण आ जी इन्हां पिंड चे लोग कट्ठे होए आ जी साडे पिंड च काफ़ी बुरी हालत सीगी असीं 5-6 7-8 महीने पहले एक मुहिम शुरू की सी पिंड च बड़ी लोगों ने साथ दिता उदों असीं कट्ठे होकर चौंकी ते धरना भी दिता तो पुलिस ने प्रैशर चा के तकरीबन 10 बंदियां ते 9-10 बंदियां ते FIR दर्ज की सी चिट्टा वेचण दी उस तो पर अरैसट कोई नहीं उन्हें किया ना किसी कोई बरामदगी हुई तो उन्हों की तिना क महीने बाद जमानत हो गई तो वो असर यह होया भी उन्होंने तो कुछ नहीं हो पर जोड़े बंदे धरने जाते उन्होंने जिनी उस गरीब तबका सगा उन्होंने कल कल घेर के धमका शुरू कर दिता तो वह गल बढ़ती बढ़ती अज जोड़ा पंचायत मैंबर आडा रुलदू सिंह यद घर उन्होंने घर के नेड़े ही है तो सारा तो वादे इन्हों भुगतनी पी क्योंकि नेड़े आ वह वजह न रोज़ इन्हों की पहला भी 2-3 बारी इन्होंने घेरिया चौंकी से दरखास्त देंदे रहे कि क्योंकि चौंकीचार्ज हूँ तो नवे आ गए पहला वाले पुराने वाले असी दरखास्त दतिया भी इन्हों धमकियां दे रहे इनू धमकियां दे रहे पर उत्ते कोई कार्रवाई नहीं होंगी सी अखीर उन्होंने एक दिन मौका देख के पूरी मिथी साजिश नाल सारे वो क्योंकि वो 6-7 परिवार सके ही आपस जिहड़े चिट्टा वेचदे आ बहुत पुराने व्यापारी आ ते उन्हां दी थोड़ी जी चलदी भी है कह लो क्योंकि सरकार वालों भी पिछली सरकार वल उन्हों का हथ पैंदा सीगा ते हुण भी लगता पैंदा ही जिहड़े हिसाब नाल क्योंकि इन्हां दी सुनवाई नहीं विचारां दी हुई कोई 2 दिन वो परचे होण तो पूरा 2 दिन पिंड च बड़े शरेआम घूमदे रहे फिर परचा होण तो उस बाद जो प्रैशर पिया फिर हुण थोड़े जिहे गैब होए आ पर फिर भी हुण 2-3 वारी इन्हां ने कंप्लेंट कीती आ जदों नूं पुलिस आउंदी आ उदों नूं इधर उधर हो जाते आ चिट्टा हजे भी बिक रहा भाई जी बहुत बुरी हालत आ पिंड च तकरीबन 12-13 मौतां दा रीसेंटली 3-4 महीने जी हो गई आडे उस तो बाद 200+ साढ़े पिंड बंदा मुंडा जिहड़ा गिणती आ पीण वाले दी आ कुछ बाहरले पिंडां तों भी बंदे बच्चे आ रहे आ पीण रोकते हैं असीं कोशिश तां कर रहे आ पिंड वाले रल के पर इह नैक्सस बहुत वड्डा वा इहदे च लड़ाई मैनूं लगदा जिहड़े हिसाब नाल सानूं असीं बिड्ढी सी सानूं तां लगदा सौखा काम ही आ पर इह बहुत औखा काम लग रहा क्योंकि हरेक बंदा टारगेट ते उहनां ते सारिआं नूं खतरा होया पिआ वा कल नूं किहनूं घेर के लत्तां भन देण क्योंकि आपां देखदे आ दूजे पिंडां च अखबारां च खबरां पढ़दे आ भी वह फलाने की लत्त भांतियां चिट्टे वाले ने उधर हो गया तो उही हालात इतने साडे पिंड च बने हुए आ गलत साहब एक मैं दसो भी ये असली है तो मैनू भी कई नौजवानों ने दसिया भी जेड़े उदो धरने में शामिल सी भी सानू पुलिस ने धमकाया भी तुसी क्यों बोल रहे हो वो हाँ जी इदू पहला एक हुण तां SHO साहब नवे आ गए उदू पहला कल्ले कल्ले नूं बुला के भी तेरा प्यो की करता सी ओए तेरा दादा की करता सी तेरा रिकॉर्ड कढ़ावांगे यही गल्लां साडे नाल भी कीतियां गईआं सारयां नूं बुला के तेरी जायदाद कहे जी आ तूं की करता सी उल्टा जिन्हां ने बयान दित्ते सीगे सरकार खिलाफ़ उन्हां नूं पहलां पुराने SHO हुंदे सी उन्होंने धमकाया सी हुण तां SHO साहब नवे आ गए हुण उम्मीद आ सानूं भी साडा साथ देणगे SSP साहब नूं भी असीं मिल के आए हाँ SSP साहब भी नवे आए आ चौंकी चार्ज भी साडे नवे आ ते सानूं भरोसा दित्ता भी असीं पूरी लड़ाई तुहाडे नाल लड़ांगे बाकी हुण देखदे हां अग्गे की हुंदा सरकार दे दावे च किन्ना क सच्चाई है जी जो सरकार कर दावे कर रही आ भी नशा पंजाब दे विचों लगभग खत्म हो चुका नशा हजे खत्म नहीं होया ना तो कोई वड्डी पद्धर दे लड़ाई ये खिलाफ़ लग रही है उन्होंने सब तो वड्डी मुश्किल तो मैनू इक्को ही लगती है जिहड़ी जैनुअन जिहड़ी कमी आ भी पंजाब पुलिस को नफरी बहुत घट आ जिवें साडी चौंकी जां 3-4 मुलाजम थाने च जाईदा उत्थे भी मुलाजम बहुत घट आ जी तो जदों कदे लोड़ पैंदी आ उह कहणगे जी मुलाजम ही नहीं 2 हाईकोर्ट गए आ इक उधर गया जी इधर गया वा मौके ते कदे रेड मारन लई मुलाजम नहीं हुंदे जी वड्डी गल अज इह आ भी नौजवान खुद अज इत्थे SSP नूं मिले आ ਜਾਂ ਨਸ਼ਿਆਂ ਖਿਲਾਫ਼ ਬੋਲ ਰਹੇ ਆ ਇਹ ਵੱਡਾ ਪੁਆਇੰਟ ਆ ਜੀ ਨਸ਼ਿਆਂ ਦੀ ਖੁੱਲ੍ਹੇਆਮ ਵਿਕਰੀ ਦੇ ਹੋਰ ਕਈ ਤੱਤ ਸਾਹਮਣੇ ਆਏ ਆ ਹਸਪਤਾਲ ਵਿੱਚ 71 ਮਹਿਲਾਵਾਂ ਨੇ ਦੱਸਿਆ ਵੀ ਕੀ ਹਾਲਾਤ ਆ ਪਿੰਡ ਦੇ ਮੈਂ ਗੱਲ ਕਰਦਾ ਭੈਣ ਜੀ ਨਾਲ ਭੈਣ ਜੀ ਕੀ ਕਿਵੇਂ ਪਹੁੰਚੋ ਤੁਸੀਂ ਕੀ ਚੱਕਰ ਆ ਜੀ ਹਾਂਜੀ ਵੀਰ ਜੀ ਵੀ ਸਾਡੇ ਉਹਨਾਂ ਨੇ ਅਸੀਂ ਧਰਨੇ 'ਤੇ ਜਾਂਦੇ ਸੀ ਸਾਡੇ ਉਹਨਾਂ ਨੇ ਸੱਟਾ ਫੇਟਾ ਮਾਰਦੇ ਮੇਰੇ ਬੇਟੇ ਨੂੰ ਘੇਰ ਲਿਆ ਉਹ ਜਿੱਦਣ ਸਾਡੇ ਵਿਆਹ ਸੀ ਜੀ 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 ਹਾਂਜੀ ਇਹ ਦਾਦਾ ਛਡਾਉਣ ਲੱਗ ਗਿਆ ਇਹਦਾ ਉਹਨੂੰ ਵੀ ਸੱਟ ਲਿਆ ਉਹਨਾਂ ਨੇ
ਇਸ ਕਰਕੇ ਚਿੱਟੇ ਚ ਅਸੀਂ ਧਰਨੇ ਸਾਡੇ ਤੇ ਉਹਨਾਂ ਨੇ ਪਰਚੇ ਪਵਾਏ ਤਿੰਨਾਂ ਜਣਿਆਂ ਤੇ। ਮੈਨੂੰ ਪਤਾ ਲੱਗਾ ਵੀ ਦਰਖਾਸਤ ਤੁਸੀਂ ਦਿੱਤੀ। ਹਾਂਜੀ ਵੀ ਪਰਚਾ ਵੀ ਤੁਹਾਡੇ ਤੇ ਹੋਇਆ। ਹਾਂਜੀ ਸਾਡੇ ਤੇ ਹੋਇਆ ਤਿੰਨਾਂ ਜਣਿਆਂ ਤੇ ਪਰਚੇ, ਮੇਰੇ ਬੇਟੇ ਤੇ, ਮੇਰੇ ਘਰ ਵਾਲੇ ਤੇ, ਮੇਰੇ ਤੇ। ਜਿੰਨਾਂ ਖਿਲਾਫ ਤੁਸੀਂ ਸ਼ਿਕਾਇਤ ਕੀਤੀ ਉਹਨਾਂ ਦੇ ਖਿਲਾਫ ਵੀ ਕੋਈ ਪਰਚਾ ਹੋਇਆ? ਨਹੀਂ, ਉਹਨਾਂ ਪਰ ਕੋਈ ਨਹੀਂ ਹੋਇਆ, ਉਹਨਾਂ ਦੇ ਨਹੀਂ ਹੁੰਦਾ, ਗਰੀਬਾਂ ਤੇ ਸਾਡੇ ਤੇ। ਹਾਂਜੀ ਭਾਈ ਜੀ। ਹਾਂਜੀ ਗਰੀਬਾਂ ਤੇ ਕਰਤੇ, ਜਿਹੜੇ ਚਿੱਟਾ ਵੇਚਦੇ ਉਹਨਾਂ ਤਾਂ ਫੜਦੇ, ਉਹਨਾਂ ਤਾਂ ਛੱਡ ਦਿੰਦੇ ਆ। ਬੱਚੇ ਬਚਣ, ਚੱਲ ਦੂਜਿਆਂ ਦਾ ਤਾਂ ਜਿਹੜਾ ਕੁਛ ਹੋਣਾ ਸੀ ਹੋ ਗਿਆ, ਤੇ ਸਾਡੇ ਸਾਰੇ ਫੈਮਿਲੀ ਨੂੰ ਖਤਰਾ, ਸਾਰੇ ਪਿੰਡ ਨੂੰ ਖਤਰਾ ਉਹਨਾਂ ਤੋਂ। ਉਹ ਸਾਨੂੰ ਕਹਿੰਦੇ ਆ ਨਾ ਵੀ ਸਾਨੂੰ ਇਹਨਾਂ ਤੋਂ ਖਤਰਾ, ਪਰ ਸਾਨੂੰ ਉਹਨਾਂ ਤੋਂ ਖਤਰਾ ਕਿਉਂਕਿ ਉਹਨਾਂ ਕੋਲ ਪੈਸਾ ਹੈ, ਸਾਡੇ ਕੋਲ ਗਰੀਬੀ ਆ, ਉਹਨਾਂ ਕੋਲ ਪੈਸਾ ਹੈ। ਇਹ ਸਾਰੇ ਗਰੀਬ ਪਰਿਵਾਰ ਨੇ, ਤੁਸੀਂ ਦੇਖੋਗੇ ਸਾਰੇ ਗਰੀਬ ਘਰਾਂ 'ਚੋਂ ਆ, ਜਿਨ੍ਹਾਂ ਦੇ ਬੱਚੇ ਨਸ਼ਿਆਂ ਦੇ ਲੱਗ ਗਏ ਆ, ਜਾਂ ਉਹ ਮਹਿਲਾਵਾਂ ਵਿਚਾਰੀਆਂ ਬੈਠੀਆਂ ਵੀ ਸਾਡੇ ਬੱਚੇ ਜਿਹੜੇ ਰਹਿੰਦੇ ਆ ਉਹ ਨਾ ਲੱਗ ਜਾਣ, ਉਸ ਕਰਕੇ ਵਿਚਾਰੀਆਂ ਅੱਜ ਬੈਠੀਆਂ ਵੀ ਕਿਵੇਂ ਨਾ ਕਿਵੇਂ ਸਰਕਾਰ ਰਾਹੀਂ ਅਪੀਲ ਆ ਉਹਨਾਂ ਦੀ ਵੀ ਨਸ਼ਿਆਂ ਤੋਂ ਬਚਾਇਆ ਜਾਵੇ। ਪਿੰਡ ਗਾਲਬ ਕਲਾਂ ਦੀ ਇੱਕ ਮਹਿਲਾ ਬੈਠੀ ਆ, ਜਿਹਦਾ ਘਰ ਦਾ ਚਿਰਾਗ ਵੀ ਇਹ ਚਿੱਟੇ ਨਾਲ ਨਸ਼ੇ ਨਾਲ ਬੁੱਝ ਗਿਆ, ਆਹ ਬੈਠਿਆ ਭੈਣ ਜੀ, ਉਹ ਵੀ ਬੱਚਾ ਆ ਜੀ। ਚਿੱਟਾ ਬਹੁਤ ਵੇਚਦੇ ਆ, ਸਾਡਾ ਮੁੰਡਾ ਸੀ ਇੱਕ ਨੌਜਵਾਨ ਗੁਜ਼ਰ ਗਿਆ, ਚਿੱਟਾ ਇਹਨਾਂ ਨੇ ਡੋਜ਼ ਵੱਧ ਲੱਗ ਕੇ, ਇਹਨਾਂ ਨੇ ਹੀ ਦਿੱਤਾ, ਇਹ ਹੀ ਦਿੰਦੇ। ਚਿੱਟਾ ਬਹੁਤ ਖੰਡ ਵਾਂਗੂ ਵੇਚਦੇ ਆ। ਹਾਂਜੀ 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 30 ਸਾਲ ਦਾ ਸੀ। ਨਹੀਂ ਜੀ, ਕੁਵਾਰਾ ਹੀ ਸੀਗਾ, ਹੁਣ ਅਸੀਂ ਬੁੱਢੇ ਹਾਂ ਅਤੇ ਅਸੀਂ ਰੁਲਦੇ ਫਿਰਦੇ ਹਾਂ। ਹਜੇ ਬੰਦ ਨਹੀਂ ਹੋਇਆ, ਉਹ ਤਾਂ ਵੇਚਦੇ ਆ, ਨਿੱਕੇ ਨਿੱਕੇ ਜਵਾਕ ਵੀ ਵੇਚਦੇ ਉਹਨਾਂ ਦੇ, ਲਾਮਾ ਤੋਂ ਹੋ ਕੇ ਵੀ ਵੇਚਦੇ ਆ ਜੀ। ਸਾਡੇ ਤਾਂ ਆਪ ਬੱਚਾ ਲੱਗਾ ਵਿਆ, ਇੱਕ ਦੋ ਲੱਗੇ ਸੀ, ਇੱਕ ਹਟ ਗਿਆ, ਇੱਕ ਲੱਗਾ ਵਾ ਜੀ, ਉਹ ਹਟਦਾ ਹੀ ਨਹੀਂ ਗਾ। ਆਹ ਹਾਲਾਤ ਆ ਜੀ ਜਗਰਾਓਂ ਖੇਤਰ ਦੇ। ਆਹ ਬਜ਼ੁਰਗ ਮਾਤਾ ਕਹਿ ਰਹੀ ਆ ਵੀ ਮੇਰਾ ਇੱਕ ਬੱਚਾ ਖੁਦ ਚਿੱਟੇ ਦੇ ਟੀਕੇ ਲਾ ਰਿਹਾ, ਆਹ ਨਾਲ ਹੀ ਵਿਚਾਰੀ ਬੈਠੀ ਆ ਜਿਹਦਾ ਇੱਕੋ ਹੋਣਹਾਰ ਪੁੱਤਰ ਚਿੱਟੇ ਦੀ ਭੇਟ ਚੜ ਗਿਆ, ਇਹ ਵਿਚਾਰੀ ਹੁਣ ਰੁਲਦੀ ਫਿਰਦੀ ਆ। ਇੱਦਾਂ ਹੀ ਆ ਵਿਚਾਰੀਆਂ ਸਾਰੀਆਂ ਮਹਿਲਾਵਾਂ ਬੈਠੀਆਂ ਜਿਨ੍ਹਾਂ ਦੇ ਬੱਚੇ ਅੱਜ ਨਸ਼ੇ 'ਤੇ ਲੱਗੇ ਆ ਜਾਂ ਨਸ਼ੇ 'ਤੇ ਲੱਗਾ ਤਾਂ ਜਿਨ੍ਹਾਂ ਨੂੰ ਖਤਰਾ, ਇਸ ਵੱਲ ਸਰਕਾਰ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ। ਮੈਂ ਜਗਰਾਓਂ ਤੋਂ ਗੁਰਦੀਪ ਸਿੰਘ ਮਲਿਕ, ਕੈਮਰਾ ਅਸ਼ੋਕ ਸੰਘ ਦੇ ਨਾਲ।